ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ। ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਵੱਧਦੇ ਹਾਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ। ਸੋਸ਼ਲ ਮੀਡੀਆ 'ਤੇ ਨਵਜੋਤ ਸਿੱਧੂ ਦਾ ਵਿਵਾਦਿਤ ਬਿਆਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਜਵਾਨੀ ਜੰਗ ਵੱਧਦੀ ਜਾ ਰਹੀ ਹੈ। ਸਿੱਧੂ ਨੇ ਇਹ ਇੰਟਰਵਿਊ ਦੇਰ ਰਾਤ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕੀਤਾ, ਜਿਸ ਵਿੱਚ ਉਹਨਾਂ ਨੇ ਵਿਵਾਦਿਤ ਬਿਆਨ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਦੇ ਨਾਲ ਸੰਪਰਕ ਕਰਨ ਦੇ ਲਈ ਕਿਹਾ ਹੈ। ਇਹਨਾਂ ਨੇ ਸੀਐਮ ਮਾਨ ਨੇ ਉਹਨਾਂ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਕਰਵਾਉਣ ਦੀ ਗੱਲ ਵੀ ਕਹੀ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਹ ਇੰਟਰਵਿਊ ਇੱਕ ਮੀਡੀਆ ਚੈਨਲ ਨੂੰ ਦਿੱਤੇ ਗਏ। ਨਵਜੋਤ ਸਿੰਘ ਸਿੱਧੂ ਨੇ ਇਸ ਇੰਟਰਵਿਊ ਦੇ ਨਾਲ ਕੁਝ ਸ਼ਬਦ ਵੀ ਕਹੇ। ਸਿੱਧੂ ਨੇ ਲਿਖਿਆ ਕਿ ਕੁਝ ਵੀ ਛੁਪਿਆ ਨਹੀਂ ਸੀ, ਸਭ ਕੁਝ ਸਾਹਮਣੇ ਆ ਗਿਆ ਅਤੇ ਇਸ ਦੇ ਨਾਲ ਹੀ ਵੀਡੀਓ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਦੇਣ ਦੇ ਨਾਲ ਨਾਲ ਕਰਜ਼ੇ ਦਾ ਮੁੱਦਾ ਵੀ ਉਠਾਇਆ ਗਿਆ। ਵਿਵਾਦਿਤ ਬਿਆਨ ਦਿੰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ, ਮੈਂ ਯਕੀਨਨ ਦੱਸ ਸਕਦਾ ਹਾਂ ਕਿ ਕਿਸ ਨੇ ਸੰਪਰਕ ਕੀਤਾ, ਜੇ ਸਮਾਂ ਹੈ ਤਾਂ ਸੁਣੋ ਭਗਵੰਤ ਮਾਨ ਸਾਹਿਬ, ਬੇਸ਼ੱਕ ਭਾਵੇਂ ਉਹ ਜਗ੍ਹਾ ਬਾਰੇ ਪੁੱਛਣ, ਮੈਂ ਜਗ੍ਹਾ ਵੀ ਦੱਸਾਂਗਾ, ਪਰ ਉਹ ਨਹੀਂ ਪੁੱਛਣਗੇ। ਉਹਨਾਂ ਨੂੰ ਗੁਰਦੁਆਰੇ ਦੀਆਂ ਪੌੜੀਆਂ ਚੜ੍ਹਨ ਦੇ ਲਈ ਕਹੋ। ਉਸ ਨੇ ਮੈਨੂੰ ਕਿਹਾ ਕਿ ਜੇਕਰ ਉਹ ਆਪ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਾਂ ਤਾਂ ਮੈਂ ਹੁਣ ਵੀ ਡੈਪਟੀ ਬਣਨ ਦੇ ਲਈ ਤਿਆਰ ਹਾਂ, ਪਰ ਮੈਂ ਉਹਨਾਂ ਨੂੰ ਕਿਹਾ ਨਵਜੋਤ ਸਿੰਘ ਸਿੱਧੂ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਪ੍ਰਤੀ ਵਚਨਬੱਧ ਹੈ, ਇਹ ਸੰਭਵ ਨਹੀਂ ਹੈ। ਜੇਕਰ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਜੀ ਆਇਆਂ ਨੂੰ ਦਿੱਲੀ ਜਾ ਕੇ ਭਰਾ ਰਾਹੁਲ ਗਾਂਧੀ ਦੇ ਨਾਲ ਗੱਲਬਾਤ ਕਰੋ। ਇਸ ਤੋਂ ਬਾਅਦ ਮੈਂ ਉਹਦੇ ਨਾਲ ਗੱਲ ਨਹੀਂ ਕੀਤੀ। ਅਗਲੀ ਖਬਰ ਹੈ, 15 ਮਾਰਚ ਤੱਕ ਸਾਰੇ ਈ ਰਿਕਸ਼ਾ ਅਤੇ ਆਟੋ ਦੇ ਵਿੱਚ ਲਗਾਏ ਜਾਣਗੇ ਯੂਨੀਕ ਟੈਗ ਨੰਬਰ। ਟ੍ਰੈਫਿਕ ਪੁਲਿਸ ਨੇ ਦਿੱਤੀ ਜਾਣਕਾਰੀ। ਟ੍ਰੈਫਿਕ ਪੁਲਿਸ ਨੇ ਈ ਰਿਕਸ਼ਾ ਅਤੇ ਆਟੋ ਦੇ ਵਿੱਚ ਯੂਨੀਕ ਟੈਗ ਨੰਬਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇਹ ਮੰਗਲਵਾਰ ਤੋਂ ਸ਼ੁਰੂ ਕੀਤਾ ਗਿਆ ਹੈ। ਡਰਾਈਵਰ ਅਤੇ ਮਾਲਕ ਆਪਣੇ ਈ ਰਿਕਸ਼ਾ ਅਤੇ ਆਟੋ ਲੈ ਕੇ ਟ੍ਰੈਫਿਕ ਪੁਲਿਸ ਲਾਈਨ ਦੇ ਵਿੱਚ ਪਹੁੰਚ ਰਹੇ ਹਨ ਯੂਨੀਕ ਟੈਗਸ ਦੇ ਲਈ। ਅਪਲਾਈ ਕਰਨ ਦੇ ਲਈ ਹਰ ਰੋਜ਼ 100 ਫਾਰਮ ਟ੍ਰੈਫਿਕ ਪੁਲਿਸ ਦੇ ਕੋਲ ਆ ਰਹੇ ਹਨ। ਟ੍ਰੈਫਿਕ ਪੁਲਿਸ ਨੇ ਹੁਣ ਤੱਕ 2 ਦਿਨਾਂ ਦੇ ਵਿੱਚ 105 ਈ ਰਿਕਸ਼ਾ ਅਤੇ ਆਟੋ ਨੂੰ ਟੈਗ ਕੀਤਾ ਹੈ। ਟ੍ਰੈਫਿਕ ਪੁਲਿਸ ਨੇ ਈ ਰਿਕਸ਼ਾ ਅਤੇ ਆਟੋ ਦੇ ਵਿੱਚ ਯੂਨੀਕ ਟੈਗ ਨੰਬਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਜਾਣਕਾਰੀ ਦੇ ਅਨੁਸਾਰ ਟ੍ਰੈਫਿਕ ADCP ਹਰਪਾਲ ਸਿੰਘ ਰੰਧਾਵਾ ਦੇ ਵੱਲੋਂ ਈ ਰਿਕਸ਼ਾ ਅਤੇ ਆਟੋ ਚਾਲਕਾਂ ਨੂੰ ਇਹ ਫਾਰਮ 15 ਮਾਰਚ ਤੱਕ ਜਮ੍ਹਾਂ ਕਰਵਾਉਣ ਦੇ ਲਈ ਕਿਹਾ ਗਿਆ ਹੈ। ਪਰ ਜੇਕਰ ਦੇਖਿਆ ਜਾਵੇ ਤਾਂ ਸ਼ਹਿਰ ਦੇ ਵਿੱਚ 1.5 ਲੱਖ ਦੇ ਕਰੀਬ ਈ ਰਿਕਸ਼ਾ ਅਤੇ ਆਟੋ ਚੱਲ ਰਹੇ ਹਨ ਅਤੇ 15 ਮਾਰਚ ਤੱਕ ਸਾਰੇ ਈ ਰਿਕਸ਼ਾ ਅਤੇ ਆਟੋ 'ਤੇ ਯੂਨੀਕ ਟੈਗ ਨੰਬਰ ਲਗਾਉਣਾ ਸੰਭਵ ਨਹੀਂ ਹੈ, ਕਿਉਂਕਿ 2 ਦਿਨਾਂ ਦੇ ਵਿੱਚ ਸਿਰਫ 105 ਟੈਗ ਲਗਾਏ ਗਏ ਹਨ। ਡਰਾਈਵਰਾਂ ਅਤੇ ਮਾਲਕਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ 'ਤੇ ਨਵੇਂ ਜੁੜੇ ਹਨ ਅਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਘੰਟੇ ਵਾਲੇ ਬਟਨ ਨੂੰ ਦੱਬ ਕੇ ਆਲ 'ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। USA ਤੋਂ ਬਾਅਦ ਹੁਣ UK ਦੇ ਵਿੱਚ ਸ਼ਨ ਲੈਣ ਵਾਲੇ ਭਾਰਤੀਆਂ ਨੇ ਤੋੜੇ ਰਿਕਾਰਡ। ਇੰਗਲੈਂਡ ਦੀ ਸਰਕਾਰ ਵੀ ਪਈ ਸੋਚਾਂ ਦੇ ਵਿੱਚ। ਬਰਤਾਨੀਆ ਦੇ ਵਿੱਚ ਸ਼ਨ ਮੰਗਣ ਵਾਲੇ ਭਾਰਤੀਆਂ ਦੀ ਗਿਣਤੀ ਦੁੱਗਣੀ ਹੋ ਗਿਆ। ਬ੍ਰਿਟਿਸ਼ ਸਰਕਾਰ ਦੀ ਰਿਪੋਰਟ ਦੇ ਮੁਤਾਬਕ 2023 ਦੇ ਵਿੱਚ ਸ਼ਨ ਮੰਗਣ ਵਾਲੇ ਭਾਰਤੀਆਂ ਦੀ ਗਿਣਤੀ ਵੱਧ ਕੇ 5253 ਹੋ ਗਈ ਹੈ। 2022 ਦੇ ਵਿੱਚ ਇਹ
2612 ਸੀ। ਇਸੇ ਤਰ੍ਹਾਂ ਇੰਗਲਿਸ਼ ਚੈਨਲ ਨੂੰ ਪਾਰ ਕਰਕੇ ਗੈਰ ਕਾਨੂੰਨੀ ਢੰਗ ਡੌਂਕੀ ਰੂਟ ਦੇ ਨਾਲ ਬਰਤਾਨੀਆ ਵਿੱਚ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਦੇ ਵਿੱਚ ਵੀ ਪਿਛਲੇ ਇੱਕ ਸਾਲ ਦੇ ਦੌਰਾਨ ਵਾਧਾ ਹੋਇਆ ਹੈ। 2022 ਦੇ ਵਿੱਚ 748 ਭਾਰਤੀਆਂ ਨੇ ਇੰਗਲਿਸ਼ ਚੈਨਲ ਨੂੰ ਪਾਰ ਕਰਨ ਦੇ ਲਈ ਆਪਣੀ ਜਾਨ ਜੋਖਮ ਦੇ ਵਿੱਚ ਪਾ ਦਿੱਤੀ ਹੈ, ਜਦੋਂ ਕਿ 2023 ਦੇ ਵਿੱਚ ਇਹ ਗਿਣਤੀ ਵੱਧ ਕੇ 1192 ਦਰਜ ਕੀਤੀ ਗਈ। ਕਿਸਾਨ ਅੰਦੋਲਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਅਤੇ ਹਰਿਆਣਾ ਦੋਵਾਂ ਸਰਕਾਰਾਂ ਨੂੰ ਪਾਈ ਸਖ਼ਤ ਝਾੜ। ਤੰਦਰੁਸਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਕਿਸਾਨ ਅੰਦੋਲਨ ਲੈ ਕੇ ਦਾਇਰ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਸਖ਼ਤ ਰੁੱਖ ਅਪਣਾਉਂਦਿਆਂ ਪੰਜਾਬ ਅਤੇ ਹਰਿਆਣਾ ਦੋਵਾਂ ਰਾਜਾਂ ਦੀਆਂ ਸਰਕਾਰਾਂ ਨੂੰ ਸਖ਼ਤ ਝਾੜ ਪਾਈ ਹੈ। ਇਸ ਸੁਣਵਾਈ ਦੇ ਦੌਰਾਨ ਹਰਿਆਣਾ ਨੇ ਕੁਝ ਤਸਵੀਰਾਂ ਅਦਾਲਤ ਵਿੱਚ ਪੇਸ਼ ਕੀਤੀਆਂ, ਜਿਸ ਦੇ ਵਿੱਚ ਵਿਖਾਇਆ ਗਿਆ ਸੀ ਕਿ ਬੱਚਿਆਂ ਨੂੰ ਅੱਗੇ ਕਰਕੇ ਅੰਦੋਲਨ ਕੀਤਾ ਜਾ ਰਿਹਾ। ਅਦਾਲਤ ਨੇ ਕਿਹਾ ਕਿ ਦੋਵਾਂ ਸਰਕਾਰਾਂ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਸਫਲ ਰਹੀਆਂ ਹਨ ਅਤੇ ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਅੱਗੇ ਕਰਕੇ ਇਸ ਤਰੀਕੇ ਹਥਿਆਰਾਂ ਸਮੇਤ ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ। ਭਾਰਤ ਜਪਾਨ ਤੋਂ 6 ਬੁਲਟ ਟ੍ਰੇਨਾਂ ਖਰੀਦੇਗਾ, ਸੌਦਾ ਅੰਤਮ ਸੌਦਾ ਤੈਅ। ਭਾਰਤ ਦੇ ਵਿੱਚ ਇਸ ਮਹੀਨੇ ਦੇ ਅੰਤ ਤੱਕ ਜਪਾਨ ਤੋਂ E5 ਸੀਰੀਜ਼ ਦੀਆਂ ਪਹਿਲੀਆਂ 6 ਬੁਲਟ ਟ੍ਰੇਨਾਂ ਖਰੀਦਣ ਦੇ ਲਈ ਸੌਦੇ 'ਤੇ ਮੋਹਰ ਲਗਾ ਦੇਵੇਗਾ ਅਤੇ ਇਸ ਦੇ ਨਾਲ 2026 ਦੇ ਵਿੱਚ ਜੂਨ ਜੁਲਾਈ ਮਹੀਨੇ ਦੇ ਵਿੱਚ ਗੁਜਰਾਤ ਵਿੱਚ ਪਹਿਲੀ ਟ੍ਰੇਨ ਸ਼ੁਰੂ ਕਰਨ ਦੇ ਦਿਸ਼ਾ ਦੇ ਵਿੱਚ ਰੇਲਵੇ ਦਾ ਭਰੋਸਾ ਵਧਿਆ ਹੈ। ਸੂਤਰਾਂ ਨੇ ਦੱਸਿਆ ਕਿ ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਿਟਡ ਇਸ ਸਾਲ 15 ਅਗਸਤ ਤੱਕ ਰੇਲ ਗੱਡੀਆਂ ਅਤੇ ਓਪਰੇਟਿੰਗ ਸਿਸਟਮਾਂ ਦੀ ਖਰੀਦ ਸਮੇਤ ਸਾਰੇ ਠੇਕਿਆਂ ਦੇ ਲਈ ਬੋਲੀ ਲਗਾਏਗੀ। ਅਹਿਮਦਾਬਾਦ ਅਤੇ ਮੁੰਬਈ ਦੇ ਵਿਚਕਾਰ 508 ਕਿਲੋਮੀਟਰ ਲੰਬੇ ਬੁਲਟ ਟ੍ਰੇਨ ਕੋਰੀਡੋਰ 'ਤੇ ਸੀਮਾਂਤ ਸਟੋਪ ਅਤੇ ਆਲ ਸਟੋਪ ਸੇਵਾਵਾਂ ਹੋਣਗੀਆਂ। ਸੀਮਾਂਤ ਸਟੋਪ ਵਾਲੀਆਂ ਰੇਲ ਗੱਡੀਆਂ ਮੁੰਬਈ ਅਤੇ ਅਹਿਮਦਾਬਾਦ ਦੇ ਵਿਚਕਾਰ ਦੀ ਦੂਰੀ ਸਿਰਫ 2 ਘੰਟੇ ਦੇ ਵਿੱਚ ਪੂਰੀ ਕਰਨਗੀਆਂ, ਜਦਕਿ ਦੂਜੀ ਸੇਵਾ ਲਗਭਗ 2 ਘੰਟੇ 45 ਮਿੰਟ ਲਵੇਗੀ। ਅੱਜ ਲਾਡੋਵਾਲ ਟੋਲ ਪਲਾਜ਼ਾ ਰਹੇਗਾ ਬੰਦ। ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ ਅੱਜ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਟਰੱਕ ਯੂਨੀਅਨ ਦੇ ਵੱਲੋਂ ਜਾਮ ਕੀਤਾ ਜਾਏਗਾ। ਵਕਤ ਯੂਨੀਅਨ ਦੇ ਵੱਲੋਂ ਨੈਸ਼ਨਲ ਹਾਈਵੇ ਨੂੰ ਦੋਵਾਂ ਪਾਸਿਆਂ ਤੋਂ ਬੰਦ ਕਰਕੇ ਟੋਲ ਪਲਾਜ਼ਾ 'ਤੇ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਧਰਨਾ ਲਗਾ ਕੇ ਮੁੱਦੇ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ 4 ਘੰਟਿਆਂ ਦੇ ਲਈ ਨੈਸ਼ਨਲ ਹਾਈਵੇ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਜਾਵੇਗਾ। ਜਦੋਂ ਇਸ ਸੰਬੰਧੀ ਟੋਲ ਪਲਾਜ਼ਾ ਮੈਨੇਜਰ ਦੀਪਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਟਰੱਕ ਯੂਨੀਅਨ ਟੋਲ ਪਲਾਜ਼ਾ 'ਤੇ ਵਿਰੋਧ ਪ੍ਰਦਰਸ਼ਨ ਕਰਨ ਦੇ ਲਈ ਆ ਰਿਹਾ ਅਤੇ ਜਿਸ ਬਾਰੇ ਉਹਨਾਂ ਨੇ ਲਾਡੋਵਾਲ ਥਾਣੇ ਦੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਹੈ। ਡਿਪੂਆਂ ਦੇ ਕਣਕ ਮਾਰਕ ਫੈਡ ਦੇ ਰਾਹੀਂ ਵੰਡਣ ਦਾ ਵਿਰੋਧ। ਰਾਸ਼ਨ ਡਿਪੂ ਹੋਲਡਰ ਫੈਡਰੇਸ਼ਨ ਪੰਜਾਬ ਦੇ ਵੱਲੋਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਇਲਾ ਦੀ ਅਗਵਾਈ ਦੇ ਹੇਠਾਂ ਮਾਰਕ ਫੈਡ ਖਿਲਾਫ਼ ਰੋਸ ਜਤਾਇਆ ਗਿਆ। ਉਹਨਾਂ ਨੇ ਮਾਰਕ ਫੈਡ ਦੇ ਵੱਲੋਂ ਡਿਪੂਆਂ ਦੀ ਵੰਡੀ ਜਾਰੀ ਕਣਕ ਦਾ ਵਿਰੋਧ ਕੀਤਾ। ਇਸ ਮੌਕੇ ਸਥਾਨਕ ਫੂਡ ਸਪਲਾਈ ਦਫ਼ਤਰ ਦੇ ਅੱਗੇ ਧਰਨਾ ਦਿੱਤਾ ਗਿਆ। ਕਾਂਜਲਾ ਨੇ ਕਿਹਾ ਕਿ ਪੂਰੇ ਦੇਸ਼ ਭਰ ਦੇ ਵਿੱਚ ਜਨਤਕ ਵੰਡ ਪ੍ਰਣਾਲੀ ਨੂੰ ਸਮੂਹ ਡਿਪੂ ਹੋਲਡਰੀ ਚਲਾਉਂਦੇ ਆ ਰਹੇ ਹਨ ਅਤੇ ਹਜੇ ਤੱਕ ਜਨਤਕ ਵੰਡ ਪ੍ਰਣਾਲੀ ਬਿਲਕੁਲ ਸਹੀ ਚੱਲਦੀ ਆ ਰਹੀ ਅਤੇ ਜ਼ਿਆਦਾ ਸਰਕਾਰ 'ਤੇ ਕੋਈ ਬਹੁਤਾ ਬੋਝ ਵੀ ਨਹੀਂ ਆ। ਪਰ ਹੁਣ ਪੰਜਾਬ ਸਰਕਾਰ ਦੇ ਵੱਲੋਂ ਘਰ ਘਰ ਆਟਾ ਦੇਣ ਦੀ ਸਕੀਮ ਦੇ ਆੜ ਦੇ ਹੇਠ ਡਿਪੂ ਹੋਲਡਰਾਂ ਦਾ ਰੁਜ਼ਗਾਰ ਖੋਇਆ ਜਾ ਰਿਹਾ। ਪੰਜਾਬ ਦੇ ਡਿਪੂ ਹੋਲਡਰ 1955 ਤੋਂ ਇਸ ਕਿੱਤੇ ਦੇ ਨਾਲ ਜੁੜੇ ਹੋਏ ਹਨ ਅਤੇ ਤੋਸ਼ ਕਮਿਸ਼ਨ 'ਤੇ ਕੰਮ ਕਰ ਰਹੇ ਹਨ, ਪਰ ਮਾਰਕ ਫੈਡ ਨੂੰ ਇਹ ਕੰਮ 2024 ਦੇ ਵਿੱਚ ਅਲਾਟ ਕੀਤਾ ਗਿਆ। ਹਲਕਾ ਧੂਰੀ ਦੇ ਵਿੱਚ ਪਿੰਡ
ਪੁੰਨਾਵਾਲਾ ਤੇ ਖੇੜੀ ਜੱਟਾਂ ਦੇ ਵਿੱਚ ਦੋ ਡਿਪੂ ਮਾਰਕਫੈਡ ਦੇ ਬਣਾਏ ਗਏ ਹਨ ਅਤੇ ਪੂਰੇ ਪੰਜਾਬ ਭਰ ਦੇ ਵਿੱਚ 450 ਡਿਪੂ ਅਲਾਟ ਕੀਤੇ ਗਏ ਹਨ ਅਤੇ ਮਾਰਕਫੈਡ ਦੇ ਕੋਲ 1000 ਈ ਪੋਸ਼ ਮਸ਼ੀਨਾਂ ਹਨ ਅਤੇ 18,500 ਡਿਪੂ ਹੋਲਡਰਾਂ ਦੇ ਕੋਲ ਸਿਰਫ 400 ਮਸ਼ੀਨਾਂ ਹਨ। ਜਦੋਂ ਕਿ ਪੰਜਾਬ ਸਰਕਾਰ ਦੇ ਵੱਲੋਂ 10 ਫਰਵਰੀ 2024 ਨੂੰ ਖੰਨਾ ਤੋਂ ਇਹ ਸਕੀਮ ਸ਼ੁਰੂ ਕੀਤੀ ਗਈ ਅਤੇ ਅੱਜ 26 ਦਿਨ ਬੀਤ ਜਾਣ ਦੇ ਬਾਵਜੂਦ ਵੀ ਡਿਪੂ ਹੋਲਡਰਾਂ ਤੋਂ ਕੋਈ ਵੀ ਕਣਕ ਵੰਡਵਾਈ ਨਹੀਂ ਜਾ ਰਹੀ ਹੈ। ਜਿਹੜੀ ਸਪਲਾਈ ਮਾਰਕਫੈਡ ਨੂੰ ਅਲਾਟ ਕੀਤੀ ਗਈ ਸੀ ਉਹ ਸਪਲਾਈ ਫੂਡ ਸਪਲਾਈ ਦੇ ਇੰਸਪੈਕਟਰ ਠੇਕੇਦਾਰ ਦੇ ਰਾਹੀਂ ਆਪਣਾ ਵੰਡਵਾ ਰਹੇ ਹਨ ਅਤੇ ਜਦ ਕਿ ਮਾਰਕਫੈਡ ਦੇ ਵੱਲ ਆਪਣੇ ਅਲਾਟ ਹੋਏ ਡਿਪੂਆਂ ਦੀ ਬਜਾਏ ਇਕੱਲੇ ਇਕੱਲੇ ਚਲਾਏ ਜਾ ਰਹੇ ਡਿਪੂਆਂ ਦੀ ਕਣਕ ਈ ਪੋਸ਼ ਮਸ਼ੀਨਾਂ ਦੇ ਰਾਹੀਂ ਕੱਢੀ ਜਾ ਰਹੀ ਹੈ। ਸੀਐਮ ਕੇਰੀਵਾਲ ਦੀਆਂ ਵਧੀਆਂ ਹੋਰ ਮੁਸ਼ਕਲਾਂ, ਈਡੀ ਦੀ ਸ਼ਿਕਾਇਤ ਅਤੇ ਨਵਾਂ ਸੰਮਣ ਜਾਰੀ। ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਜੁੜੇ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਗਾਤਾਰ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ਈਡੀ ਸਾਹਮਣੇ ਪੇਸ਼ ਨਹੀਂ ਹੋ ਰਹੇ ਹਨ। ਹਾਲ ਹੀ ਦੇ ਵਿੱਚ ਰਾਊਸ ਐਵਨਿਊ ਕੋਰਟ ਨੇ ਕੇਜਰੀਵਾਲ ਦੇ ਖਿਲਾਫ਼ ਈਡੀ ਦੀ ਨਵੀਂ ਸ਼ਿਕਾਇਤ 'ਤੇ ਤਾਜ਼ਾ ਸੰਮਣ ਜਾਰੀ ਕੀਤਾ ਹੈ। ਅਰਵਿੰਦ ਕੇਜਰੀਵਾਲ ਨੂੰ 16 ਮਾਰਚ ਨੂੰ ਪੇਸ਼ ਹੋਣ ਦੇ ਲਈ ਨਵਾਂ ਸੰਮਣ ਜਾਰੀ ਕੀਤਾ ਗਿਆ। ਅਗਲੀ ਸੁਣਵਾਈ 16 ਮਾਰਚ ਨੂੰ ਹੋਵੇਗੀ ਅਤੇ ਇਹ ਨਵੀਂ ਸ਼ਿਕਾਇਤ ਈਡੀ ਨੇ ਸੰਮਣ ਨੰਬਰ 4-8 ਦੀ ਸਿਵਾ ਨਾ ਕਰਨ ਦੇ ਲਈ ਕੇਜਰੀਵਾਲ ਦੇ ਵਿਰੁੱਧ ਦਰਜ ਕਰਵਾਈ ਹੈ। ਬੁੜੈਲ ਜੇਲ੍ਹ 'ਚੋਂ 28 ਸਾਲਾਂ ਬਾਅਦ ਰਿਹਾਅ ਹੋਏ 3 ਸਿੰਘਾਂ ਦੇ ਵੱਲੋਂ ਜਥੇਦਾਰ ਦੇ ਨਾਲ ਮੁਲਾਕਾਤ। ਪਿਛਲੇ 28 ਸਾਲਾਂ ਤੋਂ ਚੰਡੀਗੜ੍ਹ ਦੇ ਬੁੜੈਲ ਜੇਲ੍ਹ ਦੇ ਵਿੱਚ ਬੰਦ ਅਤੇ ਹੁਣ ਜ਼ਮਾਨਤ 'ਤੇ ਰਿਹਾਅ ਹੋਏ 3 ਬੰਦੀ ਸਿੰਘਾਂ ਇੰਜੀਨੀਅਰ ਗੁਰਮੀਤ ਸਿੰਘ ਪਟਿਆਲਾ, ਲਖਵਿੰਦਰ ਸਿੰਘ ਲੱਖਾ ਅਤੇ ਸ਼ਮਸ਼ੇਰ ਸਿੰਘ ਔਕਸੀ ਜੱਟਾਂ ਨੇ ਅੱਜ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ। ਹਦਰਾਨ ਜਥੇਦਾਰ ਦੇ ਵੱਲੋਂ ਸਕੱਤਰੇਤ ਵਿੱਚ 3 ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗਿਆਨੀ ਰਘਵੀਰ ਸਿੰਘ ਨੇ ਆਖਿਆ ਕਿ ਸ਼੍ਰੀ ਅਕਾਲ ਤਖ਼ਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਸੰਘਰਸ਼ਸ਼ੀਲ ਸਿੰਘਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜ੍ਹੇ ਹਨ। ਉਹਨਾਂ ਨੇ ਆਖਿਆ ਕਿ ਜਿਨ੍ਹਾਂ ਬੰਦੇ ਸਿੰਘਾਂ ਦੀ ਰਿਹਾਈ ਦੇ ਲਈ ਸ਼੍ਰੀ ਅਕਾਲ ਤਖ਼ਤ ਦੇ ਆਦੇਸ਼ਾਂ 'ਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕਾਨੂੰਨੀ ਲੜਾਈ ਲੜੀ ਜਾ ਰਹੀ ਹੈ ਅਤੇ ਉਹਨਾਂ ਦੇ ਵਿੱਚ ਇਹ 3 ਨੌਜਵਾਨ ਵੀ ਸ਼ਾਮਲ ਹਨ। ਪੰਜਾਬ ਦੇ ਵਿੱਚ ਹੋਵੇਗੀ ਅਫੀਮ ਦੀ ਖੇਤੀ, ਮੰਤਰੀ ਨੇ ਵਿਧਾਨ ਸਭਾ ਦੇ ਵਿੱਚ ਦਿੱਤਾ ਜਵਾਬ। ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਦੀ ਮੰਗ ਇੱਕ ਵਾਰ ਮੁੜ ਉੱਠੀ ਹੈ। ਵਿਧਾਨ ਸਭਾ ਦੇ ਵਿੱਚ ਪੋਸਤ ਦੀ ਖੇਤੀ ਦੀ ਮੰਗ ਉਠਾਈ ਗਈ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੇ ਇਹ ਮੁੱਦਾ ਚੁੱਕਿਆ ਹੈ। ਵਿਧਾਇਕ ਨੇ ਪੰਜਾਬ ਦੇ ਵਿੱਚ ਅਫੀਮ ਦੇ ਠੇਕੇ ਖੋਲ੍ਹਣ ਦੀ ਮੰਗ ਕੀਤੀ। ਵਿਧਾਇਕ ਨੇ ਆਖਿਆ ਕਿ ਸਿੰਥੈਟਿਕ ਨਸ਼ੇ ਪੰਜਾਬ ਦੀ ਜਵਾਨੀ ਖਤਮ ਕਰ ਰਹੇ ਹਨ। ਇਹਦੇ ਲਈ ਰਵਾਇਤੀ ਨਸ਼ਿਆਂ ਦੇ ਰਾਹੀਂ ਸਿੰਥੈਟਿਕ ਨਸ਼ਿਆਂ ਨੂੰ ਠੱਲ ਪਾ ਸਕਦੇ ਹਨ। ਦੱਸ ਦਿਆ ਕਿ ਸਮੇਂ ਸਮੇਂ 'ਤੇ ਕਈ ਆਗੂ ਇਸ ਦੀ ਮੰਗ ਕਰ ਚੁੱਕੇ ਹਨ ਅਤੇ ਉੱਧਰ ਖੇਤੀ ਮੰਤਰੀ ਨੇ ਵੀ ਇਸ ਮਸਲੇ ਦੇ ਉੱਤੇ ਸਪਸ਼ਟੀਕਰਨ ਦਿੱਤਾ। ਖੇਤੀ ਮੰਤਰੀ ਨੇ ਆਖਿਆ ਕਿ ਫਿਲਹਾਲ ਪੋਸਤ ਦੀ ਖੇਤੀ ਦਾ ਕੋਈ ਇਰਾਦਾ ਨਹੀਂ ਹੈ। ਸਰਕਾਰ ਇਸ ਬਾਰੇ ਹਜੇ ਕੋਈ ਵਿਚਾਰ ਨਹੀਂ ਕਰ ਰਹੀ ਹੈ।